ਸਟੇਕਹੋਲਡਰ ਨਾਲ ਇੱਕ ਵੀ ਮੀਟਿੰਗ ਕੀਤੀ ਹੋਵੇ, ਕਿਸੇ ਨੂੰ ਬੁਲਾ ਕੇ ਇਹਦੇ ਹੋ ਸਕਦੀ ਤਾਂ ਹੋ ਸਕਦਾ ਰੋਜ਼ ਪੁੱਛਦੇ ਹੋਣ, ਕਿਸੇ ਡੀਜੀ ਨੂੰ ਪੁੱਛਦੇ ਹੋਣ, ਇੱਕ ਅੱਧਾ ਉਹਨੇ ਬਾਬੂ ਰੱਖਿਆ ਹੋਵੇ ਜਿਹਦੇ ਕੋਲ ਪੁੱਛਦੇ ਹੋਣ ਕਿ ਹਾਂਜੀ ਦੱਸੋ ਐਗਰੀਕਲਚਰ ਕੀ ਹੋਣਾ ਚਾਹੀਦਾ, ਅਸੀਂ ਕਿੰਨੀਆਂ ਦੇਖੋ ਨਾ ਬਜਟ ਸੈਸ਼ਨ ਚੱਲ ਰਿਹਾ ਹੈ, ਬਜਟ ਆ ਰਿਹਾ ਹੈ, ਕਿੰਨੇ ਅਜ਼ੀਮ ਅਜ਼ੀਮ ਕੰਮ ਕੀਤੇ ਨੇ ਐਗਰੀਕਲਚਰ, ਅਸੀਂ ਕਣਕ ਖਰੀਦ ਲਈ ਜਾਂ ਖਰੀਦਣੀ ਹੈ ਵਗੈਰਾ ਵਗੈਰਾ, ਲੇਕਿਨ ਤੁਸੀਂ ਕਹਿ ਲਓ ਕਿ ਅਗਰ ਉਹਨਾਂ ਕੋਲ ਕੋਈ ਐਗਰੀਕਲਚਰ ਦਾ ਰੀਅਲ ਸਟੇਕ ਹੋਲਡਰ ਨਾਲ ਮੀਟਿੰਗ 4.5 ਸਾਲ ਦੇ ਵਿੱਚ ਅਜੇ ਤੱਕ ਕੋਈ ਨਹੀਂ ਹੋਈ, ਉਹਨਾਂ ਨੂੰ ਕੋਈ ਪਤਾ ਨਹੀਂ ਇਸ ਗੱਲ ਦਾ, ਠੀਕ ਹੈ। ਸੋ ਮੈਂ ਕਹਿੰਦਾ ਕਿ ਜਿਹੜਾ ਸਿਰਫ ਇੱਥੋਂ ਤਾਂ ਗੱਲ ਨਹੀਂ ਹੈ ਕਿ ਫਾਰਮਰ ਦਾ ਨੁਕਸਾਨ ਹੋ ਗਿਆ, ਗੱਲ ਇੱਥੋਂ ਤੱਕ ਕਿ ਫਾਰਮਰ ਦਾ ਨੁਕਸਾਨ ਹੋਇਆ ਉਹਦਾ ਗਵਰਨਮੈਂਟ ਨੂੰ ਅਹਿਸਾਸ ਕੋਈ ਨਹੀਂ, ਔਰ ਇਹਦਾ ਉਹਦਾ ਜਿਹੜਾ ਨੁਕਸਾਨ ਹੋ ਰਿਹਾ ਉਹ ਸ਼ਾਇਦ ਜਾਰੀ ਰਹੇ, ਠੀਕ ਹੈ, ਔਰ ਉਹਦੀ ਬਿਹਤਰੀ ਦੀ ਉਮੀਦ ਨਹੀਂ ਹੈ, ਔਰ ਉਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਇਸ ਗੱਲ ਦਾ ਗਵਰਨਮੈਂਟ ਨੂੰ ਜਾਂ ਡਿਸੀਜਨ ਮੇਕਰਸ ਨੂੰ ਪਤਾ ਨਹੀਂ ਹੈ। ਸੋ ਇਹ ਜਿਹੜੀ ਗੱਲ ਸਿੱਧਾ ਕੰਮ ਹੈ ਨਾ, ਇੰਪੋਰਟਸ ਆ ਜਾਣਗੀਆਂ, ਜਿਹੜੀ ਸ਼ਾਇਦ ਚਾਹੀਦੀ ਹੈ ਇੰਪੋਰਟ ਕਰ ਲਾਂਗੇ, ਔਰ ਜਦੋਂ ਉਹਦੇ ਵਿੱਚ ਬੜਾ ਇਨਸੈਂਟਿਵ ਹੈ ਗਵਰਨਮੈਂਟ ਵਾਸਤੇ, ਹਾਂਜੀ ਉਹਦੇ ਵਿੱਚ ਗਵਰਨਮੈਂਟ ਵਾਸਤੇ ਸ਼ਾਇਦ ਇਨਸੈਂਟਿਵ ਨਹੀਂ ਆਉਣ, ਪਤਾ ਗਵਰਨਮੈਂਟ ਦੇ ਮੁਤਲਕਾ ਜਿਹੜੇ ਲੋਕ ਨੇ ਡਿਸੀਜਨ ਮੇਕਰ ਨੇ, ਗਵਰਨਮੈਂਟ ਹੋਈ ਹੁੰਦੀ ਹੈ ਜੀ, ਗਵਰਨਮੈਂਟ ਹੋਈ ਹੁੰਦੀ ਹੈ ਜੀ, ਉਹ ਗਵਰਨਮੈਂਟ ਹੁੰਦੀ ਹਮੇਸ਼ਾ, ਉਹਦਾ ਨਾਂ ਬਿਊਰੋਕਰੇਟ ਹੋਵੇ ਜਾਂ ਉਹਦਾ ਨਾਂ ਪੋਲੀਟੀਕਲ ਰਜੀਮ ਹੋਵੇ, ਜਦੋਂ ਮਤਲਬ ਗਵਰਨਮੈਂਟ ਦੀ ਪਰਚੇਸਿੰਗ ਦੇ ਵਿੱਚ ਬੜੀ ਗੈਰ ਮਾਮੂਲੀ ਇੰਟਰਸਟ ਹੈ ਸੱਚੀ, ਅਸੀਂ ਵੇਖਦੇ ਹਾਂ ਕਿ ਗਵਰਨਮੈਂਟ ਦੀ ਪਰਚੇਸਿੰਗ ਦੇ ਵਿੱਚ ਉਹ ਬੇਸ਼ੱਕ ਫਰਨਸ ਆਇਲ ਹੋਵੇ ਜਾਂ ਉਹ ਤੁਸੀਂ ਕਹਿ ਲਓ ਲੈਪਟਾਪ ਹੋਵੇ ਜਾਂ ਉਹ ਤੁਸੀਂ ਕਹਿ ਲਓ ਬਿਜਲੀ ਹੋਵੇ, ਉਹ ਕੋਈ ਵੀ ਚੀਜ਼ ਜਿਹਦੀ ਪਰਚੇਸਿੰਗ ਹੈ, ਠੀਕ ਹੈ, ਉਹਦੇ 'ਚ ਗਵਰਨਮੈਂਟ ਦੀ ਬੜੀ, ਦੋਨੋਂ ਗਵਰਨਮੈਂਟਾਂ ਦੀ ਬੜੀ ਬੜੀ ਗੈਰ ਮਾਮੂਲੀ ਇੰਟਰਸਟ ਹੈ, ਠੀਕ ਹੈ। ਸੋ ਜਿਹੜੀ ਤੁਸੀਂ ਗੱਲ ਕਰੋਗੇ ਇੰਪੋਰਟ ਹੋ ਜਾਣੀ ਚੀਜ਼, ਇੰਪੋਰਟ ਦੀ ਬੇਸਿਕਲੀ ਮਤਲਬ ਪਰਚੇਸਿੰਗ ਪਰਚੇਸਿੰਗ ਹੈ। ਸੋ ਮਤਲਬ ਤੁਸੀਂ ਕਹਿ ਲਓ ਕਿ ਚੀਜ਼ਾਂ ਬੜੀਆਂ ਅਫਸੋਸਨਾਕ ਨੇ, ਅਫਸੋਸਨਾਕ ਨੇ, ਔਰ ਉਸ ਅਫਸੋਸਨਾਕ ਜਿਹੜੀ ਸਿਚੁਏਸ਼ਨ ਹੈ ਉਹਦਾ ਵਿਕਟੀਮਾਈਜ਼ ਹੋ ਰਿਹਾ ਉਹ ਫਾਰਮਰ ਹੋ ਰਿਹਾ। ਜੀ ਜੀ, ਮੈਂ ਉਸ ਵਕਤ ਇਹ ਗੱਲ ਕਰਨ ਲੱਗਾ ਸਾਂ ਕਿ ਚੀਮਾ ਸਾਹਿਬ ਉਹਨੇ ਦੱਸ ਰਹੇ ਸਨ ਨਾ ਕਿ ਜੀ ਨੈੱਟ ਲਾਸ ਹੋਇਆ, ਤੁਸੀਂ ਤਾਂ ਆਪੀ ਮਾਸ਼ਾਅੱਲਾ ਬਹੁਤ ਵੱਡੇ ਗਰੋਅਰ ਵੀ ਹੋ ਕਾਟਨ ਦੇ, ਗਵਰਨਮੈਂਟ ਆਫ ਪੰਜਾਬ ਦੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਦੀ ਕੈਲਕੂਲੇਸ਼ਨ ਹੈ ਨਾ, ਉਹਦੇ ਮੁਤਾਬਿਕ 40% ਕਾਸਟ ਆਫ ਪ੍ਰੋਡਕਸ਼ਨ ਵਧੀ ਹੈ। ਹਾਂ ਜੀ ਠੀਕ ਹੈ, ਯਾ ਮੈਂ ਅਰਜ਼ ਕਰਾਂ, ਰਿਪੋਰਟ ਦੇ ਮੁਤਾਬਿਕ 40% ਵਧੀ, ਔਰ ਇਸ ਵਾਸਤੇ ਇਹ ਫਾਰਮਰ ਜਿਹੜਾ ਹੈ ਹਰ ਕਰਾਪ ਜਿਹੜੀ ਕਰਾਪ ਵੀਟ ਇਸ ਵਕਤ ਸਪੋਰਟ ਪ੍ਰਾਈਸ ਹੈ ਵੀਟ ਦੀ 1050 ਰੁਪਏ, ਲੇਕਿਨ ਇਹਨਾਂ ਨੇ ਪ੍ਰੋਕਿਓਰਮੈਂਟ ਪਾਲਿਸੀ ਇਸ ਕਿਸਮ ਦੀ TDS ਬਣਾਈ ਹੈ ਕਿ ਇਸ ਵਕਤ ਮਾਰਕੀਟ ਵਿੱਚ ਫਾਰਮਰ ਜਿਹਨੂੰ 900 ਰੁਪਏ ਮਿਲ ਜਾਂਦੇ ਨੇ ਉਹ ਅੱਲਾਹ ਦਾ ਸ਼ੁਕਰ ਕਰਨਾ, 925-30 ਰੁਪਏ, ਉਹ ਸਿਸਟਮ ਹੀ ਐਸਾ ਬਣਾ ਦਿੱਤਾ ਗਿਆ ਹੈ, ਅੱਲਾਹ ਮਾਫ਼ ਕਰੇ ਕਣਕ ਵੇਚਣਾ ਗੁਨਾਹ ਕਰ ਬੈਠੇ ਨੇ, ਕੋਈ ਉਹ ਸਮਝਦੇ ਨੇ ਕਿ ਇਹਦਾ ਵੀ ਪਟਵਾਰੀ ਹੈ ਗਰਦਾਵਰੀ ਹੈ, ਇਹ ਹਰ ਜਗ੍ਹਾ ਤੇ ਗੱਲ ਆਉਂਦੀ ਹੈ ਕਿ ਮਾਸ਼ਰੇ ਨੂੰ ਪਟਵਾਰੀ ਕਲਚਰ ਤੋਂ ਆਜ਼ਾਦ ਕੀਤਾ ਗਿਆ, ਤੇ ਇੱਥੇ ਤੇ ਹੁਣ ਜਾਣ ਬੁੱਝ ਕੇ ਵੀ ਪਟਵਾਰੀ ਨੂੰ ਵਿੱਚ ਇਨਵੋਲਵ ਕਰ ਦਿੱਤਾ ਗਿਆ, ਉਹ ਸਿਸਟਮ ਜੀ ਐਸੇ ਰਾਹ ਬਣਾਉਂਦੇ ਨੇ, ਰਾਹ ਬਣਾ ਦਿੱਤੇ ਗਏ ਕਿ ਅੱਲਾ ਮਾਫ ਕਰੇ ਕੋਈ ਬੰਦਾ ਨਿਕਲ ਕੇ ਨਾ ਜਾਏ ਇਥੋਂ, ਤਾਂ ਉੱਥੇ ਜਾਣ ਦੀ ਪੋਜੀਸ਼ਨ ਵਿੱਚ ਨਹੀਂ ਰਹਿੰਦਾ, ਨਹੀਂ ਹੁੰਦਾ। ਔਰ ਅੱਛਾ, ਵੈਸੇ ਮੈਨੂੰ ਹੈਰਤ ਹੁੰਦੀ ਹੈ ਸਰ, ਤੁਸੀਂ ਮਾਸ਼ਾਅੱਲਾ ਚੁੱਕੇ ਗਵਰਨਮੈਂਟ 'ਚ ਰਹੇ, ਉੱਥੇ ਇੱਕ ਚੀਜ਼ ਦਾ ਬੜਾ ਰੌਲਾ ਹੈ, ਅੱਜ ਅਸੀਂ ਜਦੋਂ ਵੀ ਜਿਹੜਾ ਕੋਈ TV ਚੈਨਲ ਖੋਲ੍ਹ ਲਈਏ, ਜਿਹੜੇ ਲੀਡਰ ਦੀ ਸਪੀਚ ਸੁਣ ਲਈਏ, ਆਮ ਆਦਮੀ ਛੋਟਾ ਕਾਸ਼ਤਕਾਰ, ਉਹ ਛੋਟੇ, ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਛੋਟੇ ਕਾਸ਼ਤਕਾਰ, ਅਗਰ ਚੀਮਾ ਸਾਹਿਬ ਫਰਮਾਨ ਰਹੇ ਨੇ ਕਿ 50 ਏਕੜ ਤੋਂ ਜ਼ਿਆਦਾ ਲੋਕ ਜਿਹੜੇ 1.3% ਪੰਜਾਬ ਵਿੱਚ, ਅੱਛਾ 1.3%, ਅੱਛਾ 97-98% ਜਿਹੜੇ ਲੋਕ ਨੇ ਉਹ ਲੋਕ ਨੇ ਜਿਹੜੇ ਛੋਟੇ ਕਾਸ਼ਤਕਾਰ ਨੇ, ਅੱਜ ਇੱਕ 5 ਏਕੜ ਦੇ ਬੰਦੇ ਕੋਲ ਆਪਣਾ ਟਰੈਕਟਰ ਟਰਾਲੀ, ਆਪਣਾ ਲੇਬਰ ਕੰਡਾ, ਸਾਰਾ ਕੁਝ ਤਾਂ ਹੈ ਹੀ ਨਹੀਂ, ਠੀਕ ਹੈ ਸਰ। ਔਰ ਉਹਨਾਂ ਨੂੰ ਪੁੱਛੋ, ਹਮ ਜੀ ਮਿਡਲ ਮੈਨ ਕੋ ਖਤਮ ਕਰ ਦੇਂਗੇ, ਹਮ ਜੀ ਆਰਡਰ ਸਿਸਟਮ ਕੋ ਖਤਮ ਕਰ ਦੇਂਗੇ,
ਕਿਆ ਸਿਰਫ ਕਣਕ 'ਤੇ ਆ ਕੇ ਆੜਤ ਸਿਸਟਮ ਭੈੜੀ ਲੱਗਣ ਲੱਗ ਪੈਂਦੀ? ਪੂਰੀ ਐਗਰੀਕਲਚਰ ਸਿਸਟਮ ਨੂੰ ਚਲਾਉਣ ਵਾਸਤੇ ਇੱਕ ਆੜ੍ਹਤੀ ਦਾ ਬਾਕਾਇਦਾ ਕਿਰਦਾਰ ਹੈ। ਸਾਡੇ ਪਾਕਿਸਤਾਨ ਦੇ ਵਿੱਚ ਅਸੀਂ ਐਗਰੀਕਲਚਰ ਨੂੰ ਕਰਨ ਵਾਸਤੇ ਸਾਨੂੰ ਅੱਪੜ ਦੀ ਲੋੜ ਹੈ, ਸਾਨੂੰ ਫਾਈਨੈਂਸਿਸ ਦੀ ਜ਼ਰੂਰਤ ਹੈ, ਹੈ ਕਿ ਨਹੀਂ ਸਰ? ਅਗਰ ਅਸੀਂ ਪ੍ਰੋਡਕਟਿਵ ਐਗਰੀਕਲਚਰ ਦੀ ਗੱਲ ਕਰਦੇ ਹਾਂ, ਇਨੋਵੇਟਿਵ ਐਗਰੀਕਲਚਰ ਦੀ ਗੱਲ ਕਰਦੇ ਹਾਂ। ਦੇਖੋ, ਉਹਦੇ ਲਈ ਜਿਹੜਾ ਹੈ ਨਾ, ਸਭ ਤੋਂ ਜ਼ਿਆਦਾ ਅਹਿਮ ਗੱਲ ਇਹ ਹੈ ਕਿ ਅਸੀਂ ਹਮੇਸ਼ਾ ਇਹ ਮੁਖਤਲਿਫ ਮੌਕਿਆਂ 'ਤੇ ਇਹ ਕਾਸ਼ਤਕਾਰਾਂ ਦੇ ਇਹ ਤਰਫੋਂ ਡਿਮਾਂਡ ਕਰਦੇ ਰਹੇ ਕਿ ਤੁਸੀਂ ਕਹਿੰਦੇ ਹੋ 23% GDP ਹੈ ਪਾਕਿਸਤਾਨ ਦਾ, ਜਿਹੜੀ ਤੁਹਾਡੀ ਨੈਸ਼ਨਲ ਕ੍ਰੈਡਿਟ ਹੈ ਉਹਦੇ 'ਚ ਹੀ ਕਮ ਅਜ਼ ਕਮ ਐਗਰੀਕਲਚਰ ਸੈਕਟਰ 'ਤੇ 23% ਕ੍ਰੈਡਿਟ ਅਵੇਲੇਬਿਲਿਟੀ ਹੋਣੀ ਚਾਹੀਦੀ ਹੈ। ਠੀਕ ਹੈ, ਵਿਚ ਇਜ਼ ਨਾਟ ਮੋਰ ਦੈਨ 2-3%। ਅੱਛਾ, ਹੁਣ ਹਾਲਾਂਕਿ ਸਰਵਿਸਿਜ਼ ਸੈਕਟਰ 'ਚ ਤਾਂ ਕ੍ਰੈਡਿਟ ਇਨਵਾਲਵਮੈਂਟ ਇੰਨੀ ਜ਼ਿਆਦਾ ਹੁੰਦੀ ਵੀ ਨਹੀਂ, ਜ਼ਿਆਦਾ ਕ੍ਰੈਡਿਟ ਦੀ ਰਿਕੁਆਇਰਮੈਂਟ ਹੁੰਦੀ ਪ੍ਰੋਡਕਸ਼ਨ ਸਾਈਡ 'ਤੇ, ਜਾਂ ਇੰਡਸਟਰੀਅਲ ਪ੍ਰੋਡਕਸ਼ਨ ਜਾਂ ਐਗਰੀਕਲਚਰ ਪ੍ਰੋਡਕਸ਼ਨ 'ਤੇ। ਉਹ ਐਗਰੀਕਲਚਰ ਪ੍ਰੋਡਕਸ਼ਨ ਨੂੰ ਤੁਸੀਂ 2-3% ਕ੍ਰੈਡਿਟ ਅਵੇਲੇਬਲ ਕਰ ਰਹੇ ਹੋ, ਔਰ ਉਹ ਸੈਕਟਰ ਹਾਂਜੀ ਜਿਹੜਾ ਕਿ ਕੈਪੀਟਲ ਸਟਾਫ ਹੈ ਜਿਹਦੇ 'ਚ ਇਨਹੈਰੈਂਟ ਤੌਰ 'ਤੇ ਸਰਮਾਇਆ ਦੀ ਕਮੀ ਹੈ ਔਰ ਉਸ ਸੈਕਟਰ 'ਚੋਂ ਦੂਸਰਾ ਇੱਥੇ ਪਾਕਿਸਤਾਨ ਇੰਸਟੀਚਿਊਟ ਆਫ ਡਿਵੈਲਪਮੈਂਟ ਇਕਨੋਮਿਕਸ ਦੀ ਇੱਕ ਰਿਪੋਰਟ ਹੈ, ਸਟੱਡੀ ਹੈ, ਉਸ ਸਟੱਡੀ ਦੇ ਮੁਤਾਬਿਕ ਹਰ ਸਾਲ $1 ਅਰਬ ਐਗਰੀਕਲਚਰ ਸੈਕਟਰ ਵਿੱਚੋਂ ਟ੍ਰਾਂਸਫਰ ਹੋ ਜਾਂਦਾ ਹੈ ਅਰਬਨ ਸੈਕਟਰ ਵਿੱਚ। ਅੱਛਾ, ਇਹ ਜਿਹੜੀ ਕਣਕ ਮਹਿੰਗੀ ਹੋਣ ਨਾਲ, ਯਕੀਨ ਕਰੋ, ਐਸੀ ਖੂਬਸੂਰਤ ਰੋਜ਼ੀ ਪਿਕਚਰਸ ਪੇਂਟ ਕੀਤੀਆਂ ਉਹਨਾਂ, ਕਿਹਾ ਜੀ ਕਿ ਪੈਸਾ ਸ਼ਹਿਰਾਂ 'ਚੋਂ ਪਿੰਡਾਂ ਨੂੰ ਡਿਫਿਊਜ਼ ਹੋ ਗਿਆ। ਅੱਛਾ ਚੀਮਾ ਸਾਹਿਬ, ਇਹ ਗੱਲ ਠੀਕ ਹੈ ਕਿ ਨਹੀਂ? ਇਹ ਕਹਿਣਾ ਜਿਹੜਾ ਹੈ, ਅੱਛਾ ਉਹਨੂੰ ਸਾਰੇ ਫਾਰਮੂਲੇ, ਇਹ ਕਹਿਣਾ ਬੜਾ ਆਸਾਨ ਹੈ ਹਾਂ ਕਿ ਜੀ ਇਸੇ ਪੈਸਾ ਸ਼ਹਿਰਾਂ 'ਚੋਂ ਪਿੰਡਾਂ ਨੂੰ। ਸਰ ਮੈਂ ਬਾਕਾਇਦਾ ਤੌਰ 'ਤੇ, ਔਰ ਬਹੁਤ ਸਾਰੇ ਅਰਬਨ ਇੰਟਲੈਕਚੁਅਲਸ ਔਰ ਅਰਬਨ ਇਕਨੋਮਿਸਟ ਇਹ ਕਹਿੰਦੇ ਰਹਿਣ ਕਿ ਜੀ ਇਹਦੇ ਨਾਲ ਤੁਸੀਂ ਬੈਲੈਂਸ ਖਰਾਬ ਕਰ ਦਿੱਤਾ। ਅਗਰ ਕਿਸਾਨ ਦੇ ਜਿਹਦੇ ਜਿਸਮ 'ਤੇ ਕੱਪੜਾ ਵੀ ਨਹੀਂ ਆਉਂਦਾ ਔਰ ਉਹ 50 ਡਿਗਰੀ ਲਾਭ ਲਾ ਰਿਹਾ, ਥ੍ਰੈਸ਼ਰ ਨੂੰ ਮੁੱਠ ਲਾ ਰਿਹਾ, ਅਤੇ ਉਸ ਬੰਦੇ ਲਈ ਤੁਸੀਂ ਕਹਿੰਦੇ ਹੋ ਕਿ ਅਗਰ ਉਹਨੂੰ ਆਪਣੀ ਮਿਹਨਤ ਦਾ ਮੁਆਵਜ਼ਾ ਪੂਰਾ ਮਿਲ ਗਿਆ ਔਰ ਉਹ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਇਕਾਨਮੀ ਖਰਾਬ ਹੋ ਗਈ। ਦੂਸਰੀ ਗੱਲ ਇਹ, ਇਕਨੋਮਿਕ ਪੁਆਇੰਟ ਆਫ ਵਿਊ ਨਾਲ ਅਗਰ ਤੁਸੀਂ ਸੋਚੋ, ਸਾਡੇ ਇੱਥੇ ਮੁਲਕ 'ਚ 33% ਲੋਕ ਨੇ ਜਿਹੜੇ ਬਿਲੋ ਪਾਵਰਟੀ ਲਾਈਨ ਰਹਿ ਰਹੇ। ਇਹ ਹੁਣ ਬਿਲੋ ਪਾਵਰਟੀ ਲਾਈਨ ਵਾਲੀ ਇਹ ਵੱਧ ਜਾਣੀ, 33 ਨਹੀਂ ਰਹਿਣੇ ਹੁਣ, ਤੁਸੀਂ ਕਣਕ ਦਾ ਰੇਟ ਥੋੜਾ ਇਨਕਰੀਜ ਕੀਤਾ, ਅੱਜ ਤੱਕ ਪਿੰਡਾਂ 'ਚ ਤੁਸੀਂ ਜਿਹੜੀ ਪਿੰਡਾਂ ਦੀ ਲੇਬਰ ਹੈ ਉਹਦੀ ਵੈਲਿਊ ਜਿਹੜੀ ਹੈ ਉਹ ਵੀਟ ਦੇ ਨਾਲ ਕੋਰਲੇਟ ਕਰ ਰਹੀ ਹੈ। ਬਿਲਕੁਲ ਠੀਕ ਹੈ, ਔਰ ਉੱਥੇ ਉਹਨੂੰ ਉਤਨਾ ਹੀ ਬੈਨੀਫਿਟ ਮਿਲਦਾ ਹੈ। ਬੁਨਿਆਦੀ ਤੌਰ 'ਤੇ ਪਿੰਡਾਂ 'ਚ ਰਹਿਣ ਵਾਲੇ ਲੋਕ ਕੋਈ ਪੈਸੇ ਜਿਹੜੇ ਨੇ ਉਹ ਬਹੁਤ ਕਮਾਉਂਦੇ ਨਹੀਂ, ਬਲਕਿ ਮੈਂ ਸਮਝਦਾ ਵਾਂ ਉਹ ਬਚਾਉਂਦੇ ਨੇ, ਘੱਟ ਖਾ ਕੇ, ਘੱਟ ਕੱਪੜੇ ਪਾ ਕੇ, ਆਪਣੇ ਬਾਲਾਂ ਨੂੰ ਚੰਗਿਆਂ ਸਕੂਲਾਂ 'ਚ ਨਾ ਪੜ੍ਹਾ ਕੇ, ਔਰ ਹਰ ਜ਼ਿੰਦਗੀ ਦੀ ਉਹ ਸਹੂਲਤ ਨੂੰ ਨਾ ਇੰਜੋਏ ਕਰਕੇ ਜਿਹੜੇ ਸ਼ਹਿਰਾਂ 'ਚ ਆਮ ਬੰਦਿਆਂ ਨੂੰ ਲੱਭਦੀਆਂ ਨੇ ਪਈਆਂ। ਗੱਲਬਾਤ ਕਰਨੀ ਛੋਟੀ ਜਿਹੀ ਦੇਰ ਤੋਂ ਬਾਅਦ।